ਉਹ ਤੁਸੀਂ ਰਸੋਈ ਚ ਕੀ ਕਰਦੇ ਕਿ ਤੁਹਾਡੇ ਮੰਮਾ ਕਿੱਥੇ ਗਏ ਆ? ਮੰਮਾ ਬਾਜ਼ਾਰ ਗਏ, ਤੇ ਤੁਸੀਂ ਕੀ ਕਰਦੇ ਜੀ? ਮੰਮਾ ਬਾਜ਼ਾਰ ਗਏ ਸੀ, ਮੈਗੀ ਬਣਾਉਣ ਲੱਗੇ। ਤੁਹਾਨੂੰ ਬਣਾਉਣੀ ਆਉਂਦੀ ਆ? ਹਾਂਜੀ। ਤੇ ਮੈਨੂੰ ਵੀ ਦਓਗੇ ਥੋੜੀ ਜਿਹੀ ਫਿਰ? ਹਾਂਜੀ ਚਲੋ ਫਿਰ ਬਣਾਓ। ਠੀਕ ਆ। ਸਭ ਤੋਂ ਪਹਿਲਾਂ ਆਪਾਂ ਕੀ ਕਰਨਾ? ਪਹਿਲਾਂ ਕੜਾਈ ਰੱਖ ਲੈਣੀ ਆ। ਅੱਛਾ, ਜਦ ਇਸ ਕੀ ਪਾਉਣਾ ਕੜਾਈ ਚ ਮੁੜ ਕੇ? ਇਹ ਚ ਪਾਣੀ ਪਾਉਣਾ ਇੱਕ ਗਲਾਸ, ਦੋ ਮੈਗੀ। ਇਹ ਦੋਨੋਂ ਕੇ ਕਿਆ? ਦੋ ਆ, ਇੱਕ ਥੱਲੇ ਲਕੋਈ ਆ। ਤੇ ਆ ਦੋ ਪੈਕਟ ਮਸਾਲੇ ਆ। ਇਹ ਤੁਸੀਂ ਆਪ ਬਣਾਇਆ ਘਰੇ? ਨਹੀਂ, ਦੁਕਾਨ ਵਾਲੇ ਹੀ ਆ। ਅੱਛਾ, ਤੇ ਆ ਥੋੜਾ ਜਿਹਾ ਤੇਲ ਆ। ਅੱਛਾ, ਸ਼ੁਰੂ ਕਰ। ਮੈਨੂੰ ਤਾਂ ਨਹੀਂ ਲੱਗਦਾ ਬਣਾਏਗੀ। ਤੇ ਸਭ ਤੋਂ ਪਹਿਲਾਂ ਗੈਸ ਬਾਲਣਾ, ਸੌਂ ਕਰਕੇ ਤੇ ਆ ਪਾਣੀ ਪਾ ਲਿਆ। ਹਾਂਜੀ, ਠੀਕ। ਵਿੱਚ ਮੈਗੀ ਪਾ, ਪਾਣੀ ਗਰਮ ਨਹੀਂ ਹੋਣ ਦੇਣਾ। ਮੈਗੀ ਉਤਰੇ ਹੀ ਪਾ ਲਈਦੀ ਆ। ਚੱਲ ਫਿਰ ਪਾ, ਤੂੰ ਆਪਣੇ ਤਰੀਕੇ ਨਾਲ ਬਣਾਉਂਦੀ ਹੈ ਨਾ, ਬਣਾਈ ਆ ਫਿਰ। ਤੇ ਹੁਣ ਆਪਾਂ ਇਸ ਤੋਂ ਬਾਅਦ ਤੇਲ ਪਾ ਦਾਂਗੇ ਥੋੜਾ ਜਿਹਾ। ਅੱਛਾ, ਪਹਿਲਾਂ ਪਾਣੀ ਪਾ ਲਿਆ। ਹਾਂ, ਤੇ ਪਾਣੀ 'ਚ ਮੈਗੀ ਪਾ ਲਈ। ਹਾਂਜੀ, ਮੈਗੀ 'ਚ ਤੇਲ ਪਾ ਲਿਆ। ਆਪਾਂ ਘਿਓ ਵੀ ਪਾ ਸਕਦੇ ਆ, ਜਿਹੜੀ ਤੁਹਾਡੇ ਜਿਹੜੀ ਚੀਜ਼ ਘਰ ਪਈ ਹੋਵੇ। ਹਾਂਜੀ, ਚਲ ਠੀਕ ਆ। ਤੇ ਇਹਨੂੰ ਨਹਾ ਨਹੀਂ ਪਤਾ ਜੇ ਲਿਆਉਣਾ, ਥੋੜਾ ਜਿਹਾ ਬੋਇਲ ਹੋ ਲੈਂਦਾ। ਅੱਛਾ, ਕੱਚੀ ਹੋ ਜੇ। ਹਾਂ, ਠੀਕ। ਸਾਡੇ ਪਾਣੀ ਨੂੰ ਉਬਾਲ ਆ ਗਿਆ ਵੇਖੋ, ਤੇ ਮੈਗੀ ਸਾਡੀ ਖਿਲਰਨ ਦਾ ਪਿਆ। ਸੇਚ ਪਤਾ ਪਾਣੀ ਤੋਂ ਹੋ ਤੇਲ ਕਾ ਤੋਂ ਪਾਇਆ ਚ? ਇਹ ਨਾ ਮੈਗੀ ਸਾਡੀ ਜੁੜਦੀ ਨਹੀਂ, ਅਜੇ ਆਪਾਂ ਤੇਲ ਪਾਈਏ ਫਿਰ ਨਹੀਂ ਜੁੜ, ਫਿਰ ਨਹੀਂ ਜੁੜਦੀ, ਤੇ ਜੇ ਨਾ ਪਾਈਏ ਫਿਰ ਜੁੜਦੀ ਆ। ਮੈਗੀ ਨੂੰ ਬੋਇਲ ਉਬਾਲਾ ਆ ਗਿਆ, ਇੱਧਰ ਵੇਖੋ ਹਰੀ ਖਿਲਰਨ ਦਾ ਪਿਆ। ਹੁਣ ਇਹਦੇ ਵਿੱਚ ਆਪਾਂ ਮਸਾਲਾ ਪਾ ਲਾਂਗੇ। ਚਲੋ ਪਾਓ ਮਸਾਲਾ। ਇਹ ਤੁਸੀਂ ਚੋਰੀ ਚੋਰੀ ਬਣਾਉਂਦੇ ਇਹ ਨਾ? ਹਾਂਜੀ, ਮੈਂ ਇੱਥੇ ਆ ਕੇ, ਚਲੋ ਮੈਨੂੰ ਥੋੜੀ ਜਿਹੀ ਦੇ ਦੇ ਚੰਗਾ, ਜ਼ਿਆਦਾ ਨਹੀਂ। ਇਹ ਚ ਪੁੱਤ ਗੰਦੇ ਕੁੰਡੇ ਸਬਜ਼ੀ ਸੁਬਜ਼ੀ ਪਾਉਂਦੇ ਹੁੰਦੇ ਲੋਕੀ ਤੇ? ਅਸੀਂ ਤਾਂ ਸਿੰਪਲ ਹੀ ਬਣਾਉਂਦੇ ਹਾਂ, ਸਿੰਪਲ ਹੀ ਸਵਾਦ ਆ ਦਿੰਦੀ ਆ। ਅੱਛਾ, ਇਦਾਂ ਹੀ ਬਸ? ਹਾਂਜੀ, ਕੋਈ ਗੰਦਾ ਨਹੀਂ, ਕੋਈ ਮਟਰ ਟਮਾਟਰ ਨੇ? ਹਾਂਜੀ। ਅੱਛਾ, ਇਹਨੂੰ ਕੀ ਕਹਿੰਦੇ, ਸੂਪੀ ਨੂਡਲ ਕਹਿੰਦੇ ਤੁਸੀਂ? ਹਾਂਜੀ, ਕਈ ਜਾਣੇ ਸੁੱਕੀ ਬਣਾਉਂਦੇ ਆ, ਸਾਨੂੰ ਪਰ ਸੁੱਕੀ ਨਹੀਂ ਸਵਾਦ ਲੱਗਦੀ, ਤੇ ਅਸੀਂ ਸੁੱਪੀ ਬਣਾਉਂਦੇ ਆ। ਅੱਛਾ, ਸੁੱਪੀ ਨੂੰ ਪਾਣੀ ਵਾਲੀ ਨੂੰ ਕਹਿ ਦਿੰਦੇ ਆ? ਹਾਂਜੀ। ਬੱਲੇ, ਮੈਗੀ ਬਣ ਲਾ ਪੀ ਬਹੁਤ ਸੱਚੀ ਹੋਏ। ਹਾਂਜੀ, ਇਹ ਸਾਡੇ ਬੱਚੇ ਵੀ ਕੁਕਿੰਗ ਕਰ ਲੈਂਦੇ ਆ ਵੇਖੋ, ਕਰਦੇ ਪਰ ਚੋਰੀ ਚੋਰੀ ਆ, ਜਿਵੇਂ ਫੜ ਲਿਆ ਆ ਕੇ ਇਹਨਾਂ ਨੂੰ, ਘਰੇ ਕੋਈ ਨਹੀਂ ਹੈਗਾ ਤੇ। ਚਲੋ, ਇਹਨਾਂ ਬੱਚੇ ਆਪਣੇ ਆਰ ਪਾਰ ਕਰ ਲੈਂਦੇ ਆਪੇ, ਬਸ ਉਹ ਚ ਕੁਛ ਨਹੀਂ ਕਰਨਾ, ਪਾਣੀ ਸੁੱਕਣ ਦੀ ਵੇਟ ਕਰਨੀ। ਹਾਂਜੀ, ਇਹਨੂੰ ਦਮ ਦੇ ਦੇਣਾ ਹੁਣ ਆਪਾਂ। ਠੀਕ, ਤੇ ਪਾਣੀ ਸਾਡਾ ਅੱਧਾ ਕੁ ਸੁੱਕ ਗਿਆ, ਇੱਧਰ ਵੇਖੋ, ਹੁਣ ਆਪਾਂ ਇਹਨੂੰ ਦਮ ਦੇ ਦਾਂਗੇ। ਚਲੋ, ਹੁਣ ਜ਼ਰਾ ਤੇ ਪੱਕੂਗੀ। ਹਾਂਜੀ, ਚਲੋ। ਤੇ ਹੁਣ ਆਪਣੀ ਮੈਗੀ ਨੂੰ ਬਾਲਾ ਆ ਗਿਆ, ਦੇਖੋ ਥੋੜਾ ਜਿਹਾ ਪਾਣੀ ਸੁੱਕ ਗਿਆ। ਤੇ ਪਾਣੀ ਦੇ ਪੁੱਤੇ ਚ ਕਾਫੀ ਆ? ਉਹ ਫਿਰ ਸੁੱਪੀ ਆ ਨਾ, ਆਪਾਂ ਥੋੜਾ ਜਿਹਾ ਸੁਕਾਉਣਾ ਸੀ। ਅੱਛਾ, ਇਦਾਂ ਖਾਣੀ ਜੀ ਤੁਸੀਂ ਪਾਣੀ ਵਾਲੀ? ਹਾਂਜੀ। ਉਹ ਬੱਲੇ ਜਵਾਨੋ, ਆ ਬੱਚਿਆਂ ਵਾਲਾ ਕੰਮ ਹੋ ਗਿਆ ਨਾ, ਵੀ ਬੱਚਿਆਂ ਨੂੰ ਦਾਲ ਚ ਉਬਾਲ ਕੇ ਦੇ ਦੇ ਨਾ, ਦਾਲ ਜੀ ਉਹ ਖਿਚੜੀ ਜੀ। ਹਾਂ, ਖਿਚੜੀ ਵਾਲਾ ਕੰਮ ਹੋ ਗਿਆ। ਅੱਛਾ, ਤੁਸੀਂ ਪਾਣੀ ਪੂਰਾ ਸੁਕਾਉਂਦੇ ਨੇ ਜੀ ਇਹ ਚੋਂ? ਹਾਂਜੀ, ਕਈ ਜਣੇ ਸੁਕਾ ਲੈਂਦੇ, ਉਹਨਾਂ ਨੂੰ ਸਵਾਦ ਲੱਗਦੀ ਹੋਊਗੀ, ਹਨ ਸੁੱਪੀ ਸਵਾਦ ਲੱਗਦੀ ਆ। ਸੁੱਕੀ ਤਰਾ ਲਾ ਸੀ, ਚਲੋ ਆਓ ਫਿਰ। ਅੱਜ ਮੈਂ ਨਹੀਂ ਪਾਣੀ ਵਾਲੀ ਖਾਣੀ, ਮੈਂ ਰਹਿ ਗਿਆ ਸੁੱਕੀ ਬਣਾਉਣ ਲੱਗੇ। ਹਾਜ਼ਰ ਹੋਏ ਨੰਦਾ। ਓਕੇ ਓਕੇ, ਚਲੋ ਲਓ ਜੀ, ਸਾਡੀ ਮੈਗੀ ਬਣ ਗਈ ਹੈ, ਪਾਈਏ ਪਲੇਟਾਂ ਫਿਰ ਆਪਾਂ। ਚਲੋ ਚਲੋ ਜੀ, ਪਾਓ ਪਲੇਟਾਂ ਜੀ ਆਪਣੀ ਗਿੱਲੀ ਮੈਗੀ। ਮੈਂ ਸੁੱਕੀ ਵੇਖੀ ਤੇ ਤੁਸੀਂ ਗਿੱਲੀ ਖਾਂਦੇ ਜਵਾਨੋ, ਬੱਚਿਆਂ ਵਾਲਾ ਕੰਮ। ਓ ਬੱਲੇ, ਲੱਛਿਆਂ ਵਾਲੀ ਮੈਗੀ ਨਾ? ਹਾਂਜੀ।
ਚਲੋ ਇਹ ਆ ਵੀ ਬਾਹਰ ਵਾਲੀ ਚੰਗੀ ਹੈ ਨਾ, ਘਰੇ ਬਣਾ ਕੇ ਖਾ ਲਈ। ਨੂਰ ਬਣ ਗਈ ਮੈਗੀ? ਹਾਂ ਬਣ ਗਈ ਆ, ਤੂੰ ਟੇਸਟ ਕਰ ਆ ਵਾਰੀ ਚ। ਲੈ ਯੋ ਨਾ ਖਾ ਕੇ ਵੇ, ਬਹੁਤ ਟੇਸਟੀ ਆ। ਲੈ ਜਾ ਫਿਰ ਆਪਣੀ। ਅੱਛਾ ਉਹ ਪਲੇਟ ਇਹਦੀ ਤੇ ਆ ਤੇਰੀ ਤੇ ਆ, ਮੇਰੇ ਕਿੱਥੇ ਗਈ ਹੈ? ਤੁਹਾਡੀ ਵੀ ਉੱਥੇ ਹੋਊਗੀ। ਮੇਰੇ ਜੋ ਵੀ ਦੋ ਚਮਚੇ ਰਹਿ ਗਏ, ਮੈਂ ਕਰਦੇ ਹਾਂ ਫਿਰ। ਨਹੀਂ ਇੱਥੇ ਹੀ ਕਰ ਲਾਂਗੇ, ਇੱਥੇ ਵਾਧਾ ਘਾਟਾ ਕਰ ਲਾਂਗੇ। ਹਾਂਜੀ ਚਲ ਖਾਓ ਤੁਸੀਂ, ਕੋਈ ਨਹੀਂ। ਜੇ ਸਾਡੀ ਛੋਟੀ ਜੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਜਾਇਓ। ਬਾਏ।